ਚੰਡੀਗੜ੍ਹ ਦਾ ਮਸਲਾ ਬਹੁਤ ਸੰਜੀਦਗੀ ਨਾਲ ਲੈਣ ਵਾਲਾ ਬ੍ਰਮਸ਼ੰਕਰ ਜਿੰਪਾ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਨੇ ਕੈਬਨਟ ਵਜ਼ੀਰ ਨੇ ਸਾਡੇ ਨਾਲ ਜੁੜ ਚੁੱਕੇ ਨੇ ਜਿੰਪਾ ਜੀ ਤੁਹਾਡਾ ਸਵਾਗਤ ਹੈ ਜੀ ਪੰਜਾਬ ਰਹਾਣਾ ਹਿਮਾਚਲ ਤੇ ਕਿਉਂਕਿ ਚਰਚਾ ਇਸ ਵਿਸ਼ੇ ਤੇ ਹੋ ਰਹੀ ਹੈ ਕਿ ਚੰਡੀਗੜ੍ਹ ਪੰਜਾਬ ਦਾ ਜਾਂ ਫਿਰ ਹਰਿਆਣਾ ਦਾ ਆਮ ਆਦਮੀ ਪਾਰਟੀ ਨੇ ਇੱਕ ਇਤਿਹਾਸਕ ਫੈਸਲਾ ਉਸ ਵੇਲੇ ਲਿਆ ਜਦੋਂ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ 1 April ਨੂੰ ਇੱਕ ਮਤਾ ਪਾਇਆ ਜਿਸ ਦੀ ਚਿੰਤਾ ਹਰਿਆਣਾਦ ਸੱਤਵਧ ਹੋ ਰਹੀ ਹੈ ਬਿਲਕੁਲ ਠੀਕ ਗੱਲ ਹੈ ਜੀ ਚੰਡੀਗੜ੍ਹ ਹਮੇਸ਼ਾ ਪੰਜਾਬ ਦਾ ਸੀ ਔਰ ਪੰਜਾਬ ਦਾ ਹੀ ਰਹਿਣਾ ਚਾਹੀਦਾ ਹੈ ਹਲੋ ਜੀ ਸੁਣ ਪਾ ਰਿਹਾ ਮੈਂ ਜਿੰਪਾ ਜੀ ਤੁਹਾਨੂੰ ਹਾਂ ਜੀ ਪੰਜਾਬ ਦਾ ਸੀ ਪੰਜਾਬ ਦਾ ਹੀ ਰਹਿਣਾ ਚਾਹੀਦਾ ਹੈ ਉਸ ਦਿਨ ਵੀ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਜੀ ਨੇ ਜਦੋਂ ਇਹ ਪ੍ਰਸਤਾਵ ਪੇਸ਼ ਕੀਤਾ ਉਹਦੇ ਵਿੱਚ ਇੱਕ ਗੱਲ ਸਰ ਸਭ ਤੋਂ ਵੱਧ ਨਿਕਲ ਕੇ ਜਿਹੜੀ ਸਾਹਮਣੇ ਆਈ ਵੀ ਹੋਰ ਸਟੇਟਾਂ ਜਦੋਂ ਵੀ ਡਿਵਾਈਡ ਹੋਈਆਂ ਉਹਨਾਂ ਜੀਆਂ ਰਾਜਧਾਨੀਆਂ ਉਹਨਾਂ ਨੂੰ ਗਈਆਂ ਉਸੇ ਵੇਲੇ ਜਿਹੜੇ ਮੂਲ ਸਟੇਟ ਸੀਗੀ ਨਾ ਉਹਦੇ ਉਹਦੀ ਰਾਜਧਾਨੀ ਗਈ ਤੇ ਫਿਰ ਪੰਜਾਬ ਦੇ ਮਸਲੇ 'ਚ ਇਦਾਂ ਕਿਉਂ ਨਹੀਂ ਹੋਇਆ ਜੀ ਇਹ ਇੱਕ ਵੱਡਾ ਕੁਐਸਚਨ ਸੀ ਹਰਿਆਣਾ ਦਾ ਦਾਵਾ ਇਸ ਕਰਕੇ ਨਹੀਂ ਬੰਦਾ ਕਿਉਂਕਿ ਪੰਜਾਬ ਜਿਹੜਾ ਸੀ ਜੋ ਮੌਲਿਕ ਤੌਰ ਤੇ ਡਿਵਾਈਡ ਹੋਇਆ ਨਾ ਜੀ ਤੁਸੀਂ ਦੇਖੋ ਹਿਮਾਚਲ ਇੱਕ ਪਾਸੇ ਪੈਂਦਾ ਹਰਿਆਣਾ ਦਿੱਲੀ ਦੇ ਲਾਗੇ ਕਿਤੇ ਵੀ ਆਪਣੀ ਕੋਈ ਰਾਜਧਾਨੀ ਡਿਵੈਲਪ ਕਰਦਾ ਸਗਾ ਕਰ ਸਕਦਾ ਸ ਜਿਆਦਾ ਦਿੱਲੀ ਦੇ ਨੇੜੇ ਪੈਂਦਾ ਲੇਕਿਨ ਇਹ ਇੱਕ ਸ਼ੁਰੂ ਤੋਂ ਹੀ ਲਗਾਤਾਰ ਅਸੀਂ ਦੇਖਦੇ ਪਏ ਹਾਂ ਇਸ ਮੁੱਦੇ ਦੇ ਉੱਤੇ ਲਗਾਤਾਰ ਜਾਣ ਬੁਝਕੇ ਨੂੰ ਜਿੰਦਾ ਰੱਖਿਆ ਗਿਆ ਪਰ ਜਿੰਪਾ ਜੀ 5 ਤਰੀਕ ਨੂੰ ਹਰਿਆਣਾ ਦੇ ਵਿਧਾਨ ਸਭਾ ਦੇ ਵਿੱਚ ਮਤਾ ਪੈ ਰਿਹਾ ਹੈ ਸਿੱਧੀ ਚੁਣੌਤੀ ਪੰਜਾਬ ਦੀ ਸਰਕਾਰ ਨੂੰ ਹੋਏਗੀ ਲੇਕਿਨ ਪੰਜਾਬ ਦੀ ਸਰਕਾਰ ਨੇ ਤਾਂ ਇਹਨਾਂ ਤੋਂ ਪਹਿਲਾਂ ਹੀ ਮਤਾ ਪਾ ਦਿੱਤਾ ਜੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਸਾਡੀ ਕੋਈ ਇਹਦੇ ਚ ਸਾਰੀਆਂ ਪਾਰਟੀਆਂ ਨੇ ਸਰਬਸੰਮਤੀ ਦੇ ਨਾਲ ਇਤੇ ਜਿਹੜੀ ਹੈ ਇੱਕ ਥੋੜਾ ਜਿਹਾ ਕਿੰਤੂ ਪਰੰਤੂ ਹੋਈ ਹੈ ਕਿਉਂਕਿ ਸੈਂਟਰ ਚ ਬੀਜੇਪੀ ਦੀ ਸਰਕਾਰ ਆ ਉਹਨਾਂ ਦੇ ਮੈਂਬਰ ਸਹਿਬਾਨ ਜਿਹੜੇ ਦੋਟ ਕੇ ਚਲੇ ਗਏ ਐਮਐਲਏ ਸਹਿਬਾਨ ਅਦਰਵਾਈਜ਼ ਸਾਰੀਆਂ ਪਾਰਟੀਆਂ ਸਹਿਮਤ ਦਾ ਪੰਜਾਬ ਦੇ ਨਾਲ ਖੜੀਆਂ ਪੰਜਾਬ ਦੇ ਮਸਲੇ ਦੇ ਅਸੀਂ ਪੰਜਾਬ ਚ ਇਕੱਠੇ ਆ ਕਿ ਸਾਰੇ ਜਾਣੇ ਪੰਜਾਬੀ ਜੀ ਭੋਜੀ ਮੈਂ ਤੁਹਾਡੇ ਧਿਆਨ ਚ ਮਾਮਲਾ ਲਿਆਣਾ ਚਾਹੂੰਗਾ ਦੇਖੋ ਮਤੇ ਦਾ ਜ਼ਿਕਰ ਬਹੁਤ ਜ਼ਿਆਦਾ ਹੋ ਰਿਹਾ ਹੈ ਵਿਰੋਧੀ ਧਿਰਾਂ ਤੁਹਾਡੇ ਤੇ ਸਵਾਲ ਚੁੱਕ ਰਹੀਆਂ ਨੇ ਕਿ ਮਤਿਆਂ ਨਾਲ ਹੁੰਦਾ ਹੀ ਕੀ ਹੈ ਮਤੇ ਮਜਾਇਲ ਸਾਬਤ ਨਹੀਂ ਹੋ ਸਕਦੇ ਖਾਸ ਕਰਕੇ ਸ਼ੋਮਨੀ ਅਕਾਲੀ ਦਲ ਤੇ ਕਾਂਗਰਸ ਨੇ ਸਵਾਲ ਚੁੱਕਿਆ ਪਰ ਇਸ ਤੋਂ ਪਹਿਲਾਂ ਵੀ ਖੇਤੀ ਕਾਨੂੰਨ ਦੀ ਮੁਖਾਲਫਤ ਵਿੱਚ ਮਤਾ ਪਿਆ ਉਸ ਤੋਂ ਪਹਿਲਾਂ ਟਰਮੀਨੇਸ਼ਨ ਐਕਟ ਪਾਣੀ ਦੇ ਮੁੱਦੇ ਤੇ ਕੈਪਟਨ ਅਮਰਿੰਦਰ ਸਿੰਘ ਨੇ ਮਤਾ ਪਾਇਆ ਕਿ ਤੁਹਾਨੂੰ ਲੱਗਦਾ ਹੈ ਕਿ ਮਤਾ ਪਾਉਣ ਦੇ ਨਾਲ ਖੇਤਾਂ 'ਚ ਬਾੜ ਲਾਈ ਜਾ ਸਕਦੀ ਹੈ ਇਸ ਤਰ੍ਹਾਂ ਸਮਝਦੀ ਆਮ ਆਦਮੀ ਪਾਰਟੀ ਨਹੀਂ ਦੇਖੋ ਗੱਲ ਪਤਾ ਕੀ ਹੈ ਜਦੋਂ ਵੀ ਮਤੇ ਪਏ ਹੈ ਉਹ ਪੰਜਾਬ ਦੇ ਹੱਕ 'ਚ ਪੰਜਾਬ ਦੀ ਲੋਕਾਂ ਦੀ ਆਵਾਜ਼ ਦੇ ਮੁਤਾਬਿਕ ਪਏ ਪਹਿਲੀ ਗੱਲ ਤਾਂ ਇਹ ਆ। ਹੂੰ। ਦੂਜੀ ਗੱਲ ਇਹ ਆ ਕਿ ਜਿੱਦਾਂ ਚੰਡੀਗੜ੍ਹ ਜਿਹੜੀ ਹੈ ਕਿਉਂਕਿ ਜਦੋਂ ਪੰਜਾਬ ਹਰਿਆਣਾ ਹਿਮਾਚਲ ਇਕੱਠੇ ਸੀ ਡਿਵਾਈਡ ਤੋਂ ਪਹਿਲਾਂ ਉਦੋਂ ਵੀ ਚੰਡੀਗੜ੍ਹ ਜਿਹੜਾ ਸੀਗਾ ਪੰਜਾਬ ਦੀ ਸਮਝ ਲਓ ਪੰਜਾਬ ਪੰਜਾਬੀਆਂ ਦੀ ਸ਼ਾਨ ਹੈ ਚੰਡੀਗੜ੍ਹ। ਔਰ ਇਹਦਾ ਕਦੇ ਕੰਪਰੋਮਾਈਜ਼ ਨਹੀਂ ਹੋਊਗਾ। ਇਹ ਹਰਿਆਣਾ ਦੇ ਮੈਂ ਹਰਿਆਣਾ ਦੇ ਜਿੰਨੇ ਵੀ ਬਰੇ ਮਾਨਯੋਗ ਮੁੱਖ ਮੰਤਰੀ ਸਹਿਬਾਨ ਆ ਔਰ ਉੱਥੇ ਦੇ ਐਮਐਲਏ ਸਹਿਬਾਨ ਆ। ਉਹਨਾਂ ਨੂੰ ਵੀ ਮੈਂ ਨਿਵੇਦਨ ਕਰਨਾ ਚਾਹੁੰਦਾ ਕਿ ਉਹ ਪੰਜਾਬ ਦੇ ਪੰਜਾਬੀਆਂ ਦੀ ਆਵਾਜ਼ ਨੂੰ ਜ਼ਰੂਰ ਪੰਜਾਬੀਆਂ ਦੀ ਭਾਵਨਾ ਨੂੰ ਮੁੱਖ ਰੱਖਣ ਉਹ ਕਿਤੇ ਉਹਨਾਂ ਨੂੰ ਅਗਰ ਚਾਹਣ ਤੇ ਚੰਡੀਗੜ੍ਹ ਦੇ ਨੇੜੇ ਕਿਤੇ ਰਾਜਧਾਨੀ ਬਣ ਸਕਦੀ ਆ ਸਰਕਾਰ ਬੀਜੇਪੀ ਦੀ ਸੈਂਟਰ 'ਚ ਵੀ ਆ ਔਰ ਹਰਿਆਣੇ 'ਚ ਵੀ ਆ ਮੈਂ ਹਰਿਆਣੇ ਦੇ ਸੀਐਮ ਸਾਹਿਬ ਨੂੰ ਖੱਟਰ ਸਾਹਿਬ ਨੂੰ ਮੈਂ ਨਿਵੇਦਨ ਕਰਦਾ ਜੀ ਕਿ ਉਹ ਉਹ ਇਹ ਤੰਗ ਦੇ ਨਾਲ ਸੋਚਣ ਤਾਂ ਕਿ ਜਿਹੜੇ ਜਿਹੜੇ ਸਾਡੇ ਇਦਾਂ ਦੇ ਜਿਹੜੇ ਮੁੱਦੇ ਆ ਇਹਨਾਂ ਦੇ ਉੱਤੇ ਕੋਈ ਕਦੀ ਕੋਈ ਮਤ ਭੇਜ ਜਾ ਕੇ ਸਾਹਮਣੇ ਨਾ ਆਵੇ ਬਿਲਕੁਲ ਬਹੁਤ ਸ਼ੁਕਰੀਆ ਭਰਮ ਜੀ ਸਾਨੂੰ ਸਮਾਂ ਦੇਣ ਦੇ ਲਈ ਤੁਸੀਂ ਚੰਡੀਗੜ੍ਹ ਦੇ ਮੁੱਦੇ ਤੇ ਸਟੈਂਡ ਸਪਸ਼ਟ ਕੀਤਾ